ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਲੰਮੇ ਸਮੇਂ ਤੋਂ ਸੰਤਾਪ ਭੋਗਦਾ ਰਿਹਾ ਹੈ। ਉਸ ਸੰਤਾਪ ਦੇ ਜ਼ਖਮ ਹਜੇ ਵੀ ਹਰੇ ਨੇ। ਹੁਣ ਪੰਜਾਬ ਨਵੇਂ ਸੰਤਾਪ ਦੇ ਵਿੱਚ ਪੈ ਗਿਆ ਹੈ। ਉਹ ਨਸ਼ੇ ਦਾ ਸੰਤਾਪ ਹੈ। ਨਸ਼ੇ ਦੇ ਕਾਰਨ ਕਈਆਂ ਮਾਵਾਂ ਦੇ ਪੁੱਤ ਚਲੇ ਗਏ ਅਤੇ ਕਈਆਂ ਭੈਣਾਂ ਦੇ ਭਰਾ, ਕਈਆਂ ਸੁਹਾਗਣਾਂ ਦੇ ਸੁਹਾਗ ਤੇ ਕਈਆਂ ਬੱਚਿਆਂ ਦੇ ਬਾਪ। ਅੱਜ ਸਾਰਾ ਪੰਜਾਬ ਇੱਕੋ ਇੱਕ ਕੰਮ ਦੇ ਵਿੱਚ ਲੱਗਿਆ ਹੋਇਆ ਹੈ ਕਿ ਨਸ਼ਾ ਖਤਮ ਕਰਨਾ ਹੈ, ਪਰ ਇਸਦਾ ਆਖਿਰ ਜ਼ਿੰਮੇਵਾਰ ਕੌਣ ਹੈ? ਮੈਂ ਜੀ ਬਿਮਲ ਅਗਰਵਾਲ, ਡਿਸਟ੍ਰਿਕਟ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਤਰਨ ਤਾਰਨ ਅਤੇ ਪੰਜਾਬ ਵਾਈਸ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਪੰਜਾਬ। ਦੱਸਿਆ ਜੀ, ਪੰਜਾਬ ਸਰਕਾਰ ਦੇ ਜਿਹੜਾ ਇਹ ਨਸ਼ਾ ਵਿਰੋਧੀ ਪ੍ਰੋਗਰਾਮ ਆ, ਉਹਦੇ ਵਿੱਚ ਕੈਮਿਸਟਾਂ ਦੇ ਉੱਤੇ ਜਿਹੜਾ ਦਬਾਅ ਪਾਇਆ ਜਾ ਰਿਹਾ, ਟੋਟਲ ਦਬਾਅ ਸਾਰਾ ਕੈਮਿਸਟਾਂ ਉੱਤੇ ਪਾਇਆ ਜਾ ਰਿਹਾ। ਉਸ ਦੇ ਵਿਰੋਧ ਦੇ ਵਿੱਚ ਵੀ ਕੈਮਿਸਟਾਂ ਨਾਲ ਧੱਕੇਸ਼ਾਹੀ ਬੰਦ ਕਰੋ, ਸਿਵਲ ਪ੍ਰਸ਼ਾਸਨ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਇਹ ਕੈਮਿਸਟਾਂ ਦੇ ਉੱਤੇ ਕਾਰਵਾਈ ਬੰਦ ਕਰੇ। ਕੈਮਿਸਟਾਂ ਦੇ ਉੱਤੇ ਡਰੱਗ ਡਿਪਾਰਟਮੈਂਟ ਹੈਗਾ, ਉਹਦੇ ਰੂਲ ਐਂਡ ਰੈਗੂਲੇਸ਼ਨ ਹੈਗੇ ਆ, ਡਰੱਗ ਐਕਟ ਹੈਗਾ 1940, ਉਹਦੇ ਕਰਕੇ ਜੋ ਵੀ ਪੁਜੀਸ਼ਨ ਹੈਗੀ ਆ ਉਹਦੇ ਨਾਲ ਅਸੀਂ ਮਤਲਬ ਡਰੱਗ ਐਕਟ ਦੇ ਨਾਲ ਬੱਧੇ ਹੋਏ ਹਾਂ, ਸਾਡੇ ਉੱਤੇ ਡਰੱਗ ਡਿਪਾਰਟਮੈਂਟ ਹੈ। ਇਸ ਕਰਕੇ ਕਾਲੀਆਂ ਝੰਡੀਆਂ ਲਾ ਕੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਅਤੇ ਸਰ, ਤੁਹਾਡੇ ਇੱਕ ਵੇਖਣ ਨੂੰ ਮਿਲਿਆ ਵਾ ਕਿ ਅਗਰ ਜੇ ਕੋਈ ਕੈਮਿਸਟ ਐਸੋਸੀਏਸ਼ਨ ਵਾਲਾ ਦੁਕਾਨ ਬੰਦ ਦੌਰਾਨ ਬੰਦ ਨਹੀਂ ਕਰਦਾ ਜਾਂ ਕਾਲੀ ਝੰਡੀ ਨਹੀਂ ਲਾਉਂਦਾ, ਉਹਦਾ ਕੀ ਮੰਨਿਆ ਜਾਵੇ? ਉਹ ਅਸੀਂ ਸਾਰਿਆਂ ਨੂੰ ਮੈਸੇਜ ਦਿੱਤਾ ਹੈ ਵੀ ਜਿਨ੍ਹਾਂ ਬੰਦਿਆਂ ਨੇ ਨਸ਼ਾ ਵੇਚਣਾ ਵਾ, ਜਿਹੜੇ ਨਸ਼ਾਖੋਰੀ ਦਾ ਕੰਮ ਕਰਦੇ ਆ, ਜਿਹੜੇ ਦੁਕਾਨਦਾਰ ਕੈਮਿਸਟ ਸਾਡੇ ਨਾਲ ਹਮਾਇਤੀ ਨਹੀਂ ਆ, ਪੰਜਾਬ 'ਚੋਂ ਨਸ਼ਾ ਭਜਾਉਣ ਦੇ ਹਮਾਇਤੀ ਨਹੀਂ, ਉਹ ਬੇਸ਼ੱਕ ਦੁਕਾਨਾਂ ਖੋਲ੍ਹਣ। ਜਿਹੜੇ ਅਮਨ ਪਸੰਦ ਦੁਕਾਨਦਾਰ ਨੇ, ਸਹੀ ਦੁਕਾਨਦਾਰੀ ਕਰਦੇ ਨੇ ਔਰ ਨਸ਼ੇ ਦੇ ਵਿਰੋਧੀ ਨੇ, ਉਹ ਕੈਮਿਸਟ ਐਸੋਸੀਏਸ਼ਨ ਦਾ ਸਾਥ ਦੇਣਗੇ, ਆਪਣੀਆਂ ਦੁਕਾਨਾਂ 'ਤੇ ਕਾਲੀਆਂ ਝੰਡੀਆਂ ਲਗਾਉਣਗੇ ਔਰ ਹੜਤਾਲ ਕਰਨਗੇ। ਅਗਰ ਸਰ ਉਹਨਾਂ ਵਿੱਚੋਂ ਅਗਰ ਉਹ ਕੈਮਿਸਟ ਐਸੋਸੀਏਸ਼ਨ ਫੜਿਆ ਜਾਂਦਾ ਵਾ ਤਾਂ ਤੁਹਾਡੇ ਲੋਕ ਕੀ ਉਹਨਾਂ ਦੇ? ਦੇਖੋ ਜੀ, ਜਿਹੜਾ ਬੰਦਾ ਇਸ ਕਾਰਵਾਈ ਦੇ ਦੌਰਾਨ, ਇਸ ਬੰਦ ਦੇ ਦੌਰਾਨ ਕੋਈ ਕਤਾਈ ਕਰਦਾ ਵਾ, ਕੋਈ ਉਲੰਘਣਾ ਕਰਦਾ, ਅਤੇ ਉਹ ਸਾਡੇ ਕੈਮਿਸਟ ਐਸੋਸੀਏਸ਼ਨ ਦਾ ਮੈਂਬਰ ਨਹੀਂ ਹੋਏਗਾ, ਉਸਨੂੰ ਅਸੀਂ ਮੈਂਬਰਸ਼ਿਪ 'ਚੋਂ ਬਾਹਰ ਕੱਢਾਂਗੇ, ਰੱਦ ਕਰਾਂਗੇ। ਔਰ ਜਿਹੜਾ ਕੋਈ ਕਿਸੇ ਕਿਸਮ ਦਾ ਗੈਰ ਕਾਨੂੰਨੀ ਕੰਮ ਕਰਦਾ, ਨਸ਼ਾਖੋਰੀ ਦਾ ਕੰਮ ਕਰਦਾ, ਉਹ ਵੀ ਸਾਡਾ ਮੈਂਬਰ ਨਹੀਂ, ਅਸੀਂ ਉਹਨੂੰ ਵੀ ਆਪਣਾ ਮੈਂਬਰ ਨਹੀਂ ਭਜਾ। ਸਰ, ਤੁਹਾਡੀ ਇਸ ਤੁਹਾਡੇ ਵਿੱਚ ਕੌਣ ਕੌਣ ਸਹਿਯੋਗ ਦੇ ਰਿਹਾ ਵਾ? ਦੇਖੋ ਜੀ, ਇਹ ਜਿਹੜੀ ਇਹ ਸਾਡੀ ਐਜੀਟੇਸ਼ਨ ਹੈ, ਇਹਦੇ ਵਿੱਚ ਅਸੀਂ ਮਾਣਯੋਗ ਡੀਸੀ ਸਾਹਿਬ ਨੂੰ, ਸ਼੍ਰੀ ਪ੍ਰਦੀਪ ਸੱਭਰਵਾਲ ਜੀ ਨੂੰ, ਮਾਣਯੋਗ SSP ਸਾਹਿਬ ਸ਼੍ਰੀ ਸਰਦਾਰ ਦਰਸ਼ਨ ਸਿੰਘ ਜੀ ਮਾਨ, ਉਹਨਾਂ ਨੂੰ ਵੀ ਇਨਵੀਟੇਸ਼ਨ ਦਿੱਤਾ ਵੀ ਆਓ ਇਸ ਕੈਂਡਲ ਮਾਰਚ ਜਿਹੜਾ 28 ਤਰੀਕ ਨੂੰ ਸ਼ਾਮੀ 7 ਵਜੇ ਬੋੜੀ ਵਾਲੇ ਚੌਂਕ 'ਚ ਚੱਲੇਗਾ ਔਰ ਤਹਿਸੀਲ ਬਿਆਰ ਥਾਣੀ ਗੁਰਦੁਆਰਾ ਸਾਹਿਬ ਦੇ ਅੱਗੇ ਹੁੰਦੀ ਹੁੰਦੇ ਹੋਇਆ ਅੱਡਾ ਬਿਆਰ ਥਾਣੀ ਹੋ ਕੇ ਬੋੜੀ ਵਾਲੇ ਚੌਂਕ 'ਚ ਸਮਾਪਤ ਹੋਏਗਾ। ਮਾਨਯੋਗ MLA ਡਾਕਟਰ ਸਾਹਿਬ ਧਰਮਵੀਰ ਜੀ ਅਗਨੀਹੋਤਰੀ ਤਰਨ ਤਾਰਨ ਦੇ, ਉਹ ਇਹਦੀ ਅਗਵਾਈ ਕਰਨਗੇ ਸਾਡੇ ਨਾਲ। ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ, ਉਹਨਾਂ ਦੇ ਬੇਟਾ ਡਾਕਟਰ ਸੰਦੀਪ ਅਗਨੀਹੋਤਰੀ ਜੀ, ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕੀਤੀ ਹੈ ਵੀ ਉਹ ਵੀ ਇਸ ਜਿਹੜਾ ਨਸ਼ਿਆਂ ਦੇ ਖਿਲਾਫ਼ ਕੈਂਡਲ ਮਾਰਚ ਐਸੋਸੀਏਸ਼ਨ ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਪੱਧਰੀ ਕੱਢਣ ਜਾ ਰਹੀ, ਜਿੱਥੇ ਜ਼ਿਲ੍ਹੇ ਦੇ ਸਾਰੇ ਪ੍ਰਧਾਨ ਸਾਰੇ ਬਲਾਕ ਇਕੱਠੇ ਹੋ ਰਹੇ ਆ, ਉਹ ਵੀ ਸਾਡੇ ਨਾਲ ਸਹਿਯੋਗ ਕਰਨ ਤਾਂ ਜੋ ਪੰਜਾਬ ਦੇ ਵਿੱਚੋਂ ਇਸ ਨਸ਼ੇ ਦੇ ਕੋਡ ਨੂੰ ਭਜਾਇਆ ਜਾ ਸਕੇ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।